Claro. ਕਿੱਟੀ ਤੇ ਕਿਸੇ ਦੀ ਲਾਲਾ ਮਿੱਟੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹੋਣੀ ਨੂੰ ਕਰਕੇ ਹਾਜ਼ਰੀਆਂ ਲਵਾ ਰਹੇ ਹੋ, ਆਓ ਸਭ ਤੋਂ ਪਹਿਲਾਂ ਲਵਾਓ ਜਿੱਥੇ ਦੀ ਹਾਜ਼ਰੀ, ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ। ਇੱਕ ਵਾਰੀ ਕਹਿਣ 'ਤੇ ਗੱਡ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਜਨਮ ਮਰਨ ਦੋਹੋਂ ਮੈਂ ਨਾਮੀ ਜਨ ਪਰਉਪਕਾਰੀ ਹੈ। ਗੁਰਮੁਖੋ ਸਭ ਤੋਂ ਪਹਿਲਾਂ ਤੋਂ ਅੱਜ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਨਿੱਘੀ ਯਾਦ ਨੂੰ ਮਨਾਉਂਦਿਆਂ ਹੋਇਆ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਨਾਲ ਹੀ ਅੱਜ ਆਪਾਂ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਦੇ ਜਨਮ ਦਿਹਾੜਾ ਨੂੰ ਮਨਾਉਂਦਿਆਂ ਹੋਏ ਹਾਂ, ਜੋ ਲੜੀ ਤੁਹਾਡੀ ਸੇਵਾ ਦੇ ਵਿੱਚ ਸਾਡੇ ਸਤਿਕਾਰਯੋਗ ਹੈ ਕਥਾਵਾਚਕ ਭਾਈ ਤਲਵੀਰ ਸਿੰਘ ਜੀ, ਉਹਨਾਂ ਨੇ ਪ੍ਰਸੰਗ ਰੱਖਿਆ। ਇਤਿਹਾਸ ਹੋਈ ਆ ਗੁਰਮੁਖੋ ਤੁਹਾਡੀ ਸੇਵਾਉਣ ਦੇ ਵਿੱਚ, ਪੇਸ਼ ਕਰਨ ਦੇ ਵਿੱਚ ਫਰਕ ਹੈ। ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ, ਜੋ ਕਿ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਵਿਰਾਜਮਾਨ ਹੈ, ਅਤਾ ਇਤਿਹਾਸ ਸਾਂਝਾ ਕੀਤਾ। ਗੁਰਮੁਖੋ ਕਿ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਗਿਆ ਹੈ, ਜੋ ਉਹਨਾਂ ਦੀ ਸੇਵਾ ਬਣਦੀ ਹੈ ਸੇਵਾ ਨਿਭਾਉਣ ਦੇ ਲਈ। ਬਾਬਾ ਦੀਪ ਸਿੰਘ ਜੀ ਦਾ ਜਨਮ 1682 ਦੇ ਵਿੱਚ ਪੋਵਿੰਡ ਨਗਰ, ਪਿਤਾ ਭਗਤਾ ਜੀ ਅਤੇ ਮਾਤਾ ਬੀਬੀ ਜਵਣੀ ਦੀ ਕੁੱਖੋਂ ਹੋਏ। ਬਚਪਨ ਤੋਂ ਲੈ ਕਰਕੇ ਜੇ ਮਾਤਾ ਪਿਤਾ ਗੁਰੂ ਘਰ ਦੇ ਨਾਲ ਸ਼ਰਧਾ ਰੱਖਣ ਵਾਲਾ ਪਰਿਵਾਰ, ਅਤੇ ਬਾਬਾ ਦੀਪ ਸਿੰਘ ਵੀ ਧੰਨ ਗੁਰੂ ਦਸ਼ਮੇਸ਼ ਪਿਤਾ ਪਾਤਸ਼ਾਹ ਵਾਲੇ ਪਾਤਸ਼ਾਹ ਜੀ ਦਾ ਅੰਮ੍ਰਿਤ ਪਾਨ ਕਰਕੇ ਤੇ ਸਿੱਖ ਸਜੇ ਹਨ। ਦੂਸਰੇ ਪਾਸੇ ਸਮਾਂ ਗੁਜ਼ਰਿਆ, ਮੈਂ ਸਮਾਂ ਸੀਮਤ ਤਾਂ ਗਿਣਤੀ ਦੇ ਮਿੰਟ ਆ, ਉਹਨਾਂ ਦੇ ਵਿੱਚ ਤੁਹਾਡੇ ਸੇਵਾ 'ਚ ਆਪਾਂ ਇਤਿਹਾਸ ਸਾਂਝਾ ਕਰਨਾ ਹੈ। ਗੁਰਮੁਖੋ ਧੰਨ ਗੁਰੂ ਦਸ਼ਮੇਸ਼ ਪਿਤਾ ਪਾਤਸ਼ਾਹ ਵਾਲੇ ਪਾਤਸ਼ਾਹ ਸਾਰੀ ਵਾਂਗ ਡੋਰ ਦਮਦਮਾ ਸਾਹਿਬ ਦੀ ਬਾਬਾ ਦੀਪ ਸਿੰਘ ਜੀ ਨੂੰ ਸਮਾਉਣ ਤੋਂ ਬਾਅਦ ਆਪ ਦੱਖਣ ਵੱਲ ਨੂੰ ਚਾਲੇ ਪਾ ਦਿੱਤੇ ਹੈ। ਬਾਬਾ ਦੀਪ ਸਿੰਘ 1705 ਦੇ ਵਿੱਚ ਦਮਦਮਾ ਸਾਹਿਬ ਦੀ ਧਰਤੀ 'ਤੇ ਆਏ ਹੈ ਅਤੇ 1757 ਦੇ ਵਿੱਚ ਇਹ ਜੰਗ ਹੋਈ ਹੈ। ਗੁਰਮੁਖੋ ਇੰਨੀ ਸੇਵਾ ਇੰਨੀ ਘਾਲਣਾ ਬਾਬਾ ਦੀਪ ਸਿੰਘ ਜੀ ਨੇ ਘਾਲੀ। ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੇ ਸਥਾਨ 'ਤੇ ਵਿਰਾਜਮਾਨ ਹੈ। ਦੂਸਰੇ ਪਾਸੇ ਅਹਿਮਦ ਸ਼ਾਹ ਅਬਦਾਲੀ ਨੇ ਸਾਡੇ ਹਿੰਦੁਸਤਾਨ ਦੇ ਉੱਤੇ ਹਮਲੇ 'ਤੇ ਹਮਲਾ ਕੀਤਾ। ਜਦੋਂ ਇਹ ਹਮਲਾ ਹੋਇਆ ਹੈ ਤਾਂ ਗੁਰਮੁਖੋ ਕਹਿੰਦੇ ਦਿੱਲੀ ਤੋਂ ਲੁੱਟਣ ਲੱਗਿਆ ਹੈ ਅਹਿਮਦ ਸ਼ਾਹ ਅਬਦਾਲੀ, ਬਹੁ ਬੇਟੀਆਂ ਨੂੰ ਬੰਦੀ ਬਣਾਇਆ। ਜਦੋਂ ਪੰਜਾਬ ਦੇ ਵਿੱਚ ਦੀ ਲੰਘਣ ਲੱਗਿਆ ਨਾ ਅਤੇ ਸਿੰਘਾਂ ਨੇ ਪਤਾ ਲੱਗਾ ਵੀ ਅਹਿਮਦ ਸ਼ਾਹ ਅਬਦਾਲੀ ਦਿੱਲੀ ਤੋਂ ਖਜ਼ਾਨਾ ਲੁੱਟ ਕੇ ਸਾਡੀਆਂ ਬਹੁ ਬੇਟੀਆਂ ਭੈਣਾਂ ਨੂੰ ਲਿਜਾ ਰਿਹਾ, ਤਾਂ ਗੁਰਮੁਖੋ ਸਿੰਘਾਂ ਨੇ ਹੱਲਾ ਬੋਲਿਆ ਅਤੇ ਅਹਿਮਦ ਸ਼ਾਹ ਅਬਦਾਲੀ ਨੂੰ ਲਾਹੌਰ ਜਾਂਦਿਆਂ ਜਾਂਦਿਆਂ ਕੱਖਾਂ ਹੌਲਾ ਕਰ ਦਿੱਤਾ। ਜੋ ਸਮਾਨ ਲੁੱਟਿਆ ਸੀ ਸਾਰਾ ਖੋਹ ਲਿਆ, ਜੋ ਸਾਡੀਆਂ ਬਹੁ ਬੇਟੀਆਂ ਲਿਜਾ ਰਹੇ ਸੀ ਸਭ ਉਹ ਛਡਾਲੀਆਂ ਨੇ, ਅਤੇ ਬਾਬਾ ਦੀਪ ਸਿੰਘ ਅਤੇ ਸਮੁੱਚੇ ਸਿੱਖ ਸਿੰਘਾਂ ਨੇ ਆਪੋ ਆਪਣੇ ਘਰਾਂ 'ਤੇ ਪਹੁੰਚਾਉਣਾ ਕੀਤਾ ਉਹਨਾਂ ਸਤਿਕਾਰਯੋਗ ਭੈਣਾਂ ਨੂੰ। ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਪਹੁੰਚਿਆ, ਲਾਹੌਰ ਜਾ ਕੇ ਉਹਨਾਂ ਨੇ ਪੁੱਛਣਾ ਕੀਤਾ ਵੀ ਇਹ ਕੌਣ ਲੋਕ ਆ, ਅੱਜ ਤੱਕ ਮੇਰਾ ਕਿਸੇ ਨੇ ਰਸਤਾ ਨਹੀਂ ਰੋਕਿਆ, ਇਹ ਕੌਣ ਲੋਕ ਆ ਜਿਨ੍ਹਾਂ ਨੇ ਕਿ ਮੈਨੂੰ ਕੱਖੋਂ ਹਵਾ ਕਰ ਦਿੱਤਾ, ਮੇਰਾ ਸਾਰਾ ਜੋ ਮੈਂ ਲੁੱਟ ਕੇ ਲੈ ਕੇ ਆਇਆ ਸੀ ਸਾਰਾ ਸਮਾਨ ਲੁੱਟ ਲਿਆ ਗਾ। ਅਤੇ ਗੁਰਮੁਖੋ ਉਸ ਟਾਈਮ 'ਤੇ ਲਾਹੌਰ ਦੇ ਸੂਬੇਦਾਰ ਨੇ ਦੱਸਣਾ ਕੀਤਾ
ਕਿ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾ ਵਾਲੇ ਪਾਤਸ਼ਾਹ ਦੇ ਸਿੰਘ ਆ ਤੇ ਉਹ ਐਮ ਕਿਸ਼ਨਾ ਅਬਦਾਲੀ ਕਹਿਣ ਲੱਗਾ ਵੀ ਉਹਨਾਂ ਨੂੰ ਇਹ ਜੋਸ਼ ਇਹ ਹਿੰਮਤ ਕਿੱਥੋਂ ਆਉਂਦੀ ਹੈ ਇੰਨੀ। ਕਹਿੰਦੇ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਵਿੱਤਰ ਤਾਲ ਆ ਉੱਥੇ ਇਸ਼ਨਾਨ ਕਰਦੇ ਆ, ਸ਼੍ਰੀ ਅਕਾਲ ਤਖ਼ਤ ਬਣਿਆ ਹੋਇਆ ਉੱਥੇ ਹੁਕਮਨਾਮੇ ਜਾਰੀ ਹੁੰਦੇ ਆ। ਗੁਰਮੁਖੋ ਜਦੋਂ ਇਹ ਗੱਲਾਂ ਹੋਈਆਂ ਵੀ ਇੰਨੀ ਤਾਕਤ ਉੱਥੋਂ ਮਿਲ ਰਹੀ ਹੈ ਤਾਂ ਐਮ ਦਿਸ਼ਾ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਸਥਾਪਿਤ ਕਰਕੇ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਵੀ ਇਹਨਾਂ ਸਿੰਘਾਂ ਦਾ ਖਾਤਮਾ ਤੂੰ ਕਰਨਾ। ਤਾਂ ਮੈਂ ਤੈਮੂਰ ਸ਼ਾਹ ਜਿਹੜਾ ਕਿ ਆਪ ਬੜਾ ਜਲਮ ਹੋਇਆ, ਕਹਿੰਦੇ ਇੱਕ ਹੀ ਇਸ਼ਾਰੇ ਦੇ ਨਾਲ ਉਸਨੇ ਲੱਖ ਹਿੰਦੂਆਂ ਨੂੰ ਕਤਲ ਕਰਵਾ ਦਿੱਤਾ ਸੀ ਤੇ ਤੈਮੂਰ ਸ਼ਾਹ ਨੇ ਬਖਸ਼ੀ ਜਹਾਨ ਖਾਨ ਨੂੰ 10,000 ਫੌਜ ਲੈ ਕੇ ਭੇਜਿਆ ਗਿਆ। ਗੁਰਮੁਖ ਕਹਿੰਦੇ ਹੋਰ ਫੌਜ ਬਾਅਦ ਦੇ ਵਿੱਚ ਜਹਾਨ ਖਾਂ ਅਤੇ ਜ਼ਬਰਦਸਤ ਖਾਂ ਨੇ ਆ ਕੇ ਪਿੱਛੋਂ ਜਦੋਂ ਅੰਮ੍ਰਿਤਸਰ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਹੈ, ਸਾਡਾ ਪਵਿੱਤਰ ਤਾਲ ਪੂਰ ਦਿੱਤਾ ਗਿਆ ਹੈ, ਬੇਅਦਬੀ ਹੋਈ ਹੈ ਹਰਿਮੰਦਰ ਸਾਹਿਬ ਦੇ ਵਿੱਚ, ਪਰ ਕਿਸੇ ਦੇ ਵਿੱਚ ਹਿੰਮਤ ਨਹੀਂ ਪਈ ਵੀ ਉਹਨਾਂ ਨਾਲ ਕੋਈ ਟੱਕਰ ਲੈ ਸਕੇ। ਅਤੇ ਉਸ ਟਾਈਮ 'ਤੇ ਕਹਿੰਦੇ ਸੁਰ ਸਿੰਘ ਨਗਰ ਦਾ ਰਹਿਣ ਵਾਲਾ ਭਾਗ ਸਿੰਘ ਉਹਦੇ ਮਨ ਦੇ ਵਿੱਚ ਆ ਵੀ ਮੈਂ ਇਹ ਹਰਿਮੰਦਰ ਸਾਹਿਬ ਖਿਡਾ ਮੈਨੂੰ ਤਾਂ ਬਦਲਾ ਲਵਾਂ ਤਾਂ ਕਿਹੜੇ ਹਿਸਾਬ ਨਾਲ ਲਵਾਂ, ਮੈਂ ਇਕੱਲਾ ਕੁਛ ਕਰ ਨਹੀਂ ਸਕਦਾ। ਤਾਂ ਗੁਰਮੁਖ ਕਿ ਸਿੰਘਾਂ ਦੇ ਨਾਲ ਰਾਇ ਕੀਤੀ ਹੈ ਕਿ ਬਾਬਾ ਦੀਪ ਸਿੰਘ ਦੇ ਕੋਲ ਜਾ ਕੇ ਆਪਾਂ ਇਹ ਗੱਲ ਕਹੀਏ ਜੋ ਕਿ ਇਸ ਟਾਈਮ ਦਮਦਮਾ ਸਾਹਿਬ ਦੇ ਮੁਖੀ ਹੈ। ਗੁਰਮੁਖੋ ਕਹਿੰਦੇ ਸਾਰੀਆਂ ਤਿਆਰੀਆਂ ਕਰਕੇ ਅਤੇ ਬਾਬਾ ਭਾਗ ਸਿੰਘ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚਿਆ। ਬਾਬਾ ਦੀਪ ਸਿੰਘ ਜੀ ਉਦੋਂ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਜੋ ਸੇਵਾ ਨਿਭਾ ਰਹੇ ਸਨ ਲਿਖਤੀ ਦੀ, ਗੁਰਮੁਖ ਕਹਿੰਦੇ ਬਾਬਾ ਦੀਪ ਸਿੰਘ ਨੂੰ ਆ ਕੇ ਜਿਵੇਂ ਭਾਗ ਸਿੰਘ ਨੇ ਉਹ ਸਾਰਾ ਸੀਨ ਦੱਸਣਾ ਕਵਿਤਾ ਵਿੱਚ ਪੇਸ਼ ਸਰਵਣਾ ਕਰੋਗੇ, ਆ ਉਹ ਸਾਰਾ ਸੀਨ ਮਹਾਂਕਵੀ ਬਾਬੂ ਰਾਜ ਅਲੀ ਖਾਨ ਜੀ ਸਾਹੋ ਕਹਿਣਾ ਜਿਵੇਂ ਕਮਲ ਕੀਤਾ ਹੈ, ਆਓ ਉਹਨਾਂ ਲੈਣਾ ਨੂੰ ਤੁਹਾਡਾ ਆਪਣਾ ਦਾਜ ਤਾਂ ਸਾਹੋ ਕਹਿ ਵਾਲਾ ਇਹੋ ਮੈਂ ਦੀ ਗੱਲ ਦੱਸੋ ਪ੍ਰੇਮਾ ਬੈਜਾਗ ਦੀਪ ਸਿੰਘ ਨੂੰ ਸੁਣਾਉਂਦਾ ਹੈ ਰਚੀ ਹੈ ਹਨੇਰ ਪੈ ਗਿਆ ਨੱਠ ਚੱਲੇ ਬਾਜਾ ਵਾਲੇ ਦੇ ਗਲੇ ਲਚੀ ਆ ਦੌਰਾਨੀ ਬਹਿ ਗਿਆ ਹਾਂ ਸ਼ਹਿਰ ਤੇ ਦੌਰਾਂ ਮਦੇ ਕਨਾਟ ਤਾਣ ਤੇ ਯਾ ਫੜਾਉਂਦਾ ਰੁਕੇ ਪਿਆਰ ਬਾਬਾ ਜੀ ਗੁਰੂ ਜੇ ਤਾਰਾ ਮਾਸਾ ਤਾਣ ਤੇ ਕਿਉਂ ਨਵਾਬ ਬੁੱਕੇ ਪਿਆਰ ਜਾ ਕੇ ਦੀਪ ਸਿੰਘ
ਗੁਰੂ ਦੇ ਧਰਮ ਸਥਾਨ ਤੇ ਕਿਉਂ ਜਵਾਬ ਬੁੱਕੇ ਪਿਆ। ਉਹ ਸਾਰੀ ਹਾਲਤ ਦੱਸੀ ਹੈ ਕਿ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਹੋ ਗਈ ਹੈ, ਪੁੱਤਰ ਤਾਲ ਪੂਰ ਦਿੱਤਾ ਗਿਆ ਹੈ ਸਾਡੇ ਗੁਰੂਆਂ ਦੇ ਨਗਰੀ ਦੇ ਵਿੱਚ, ਜਾਲਮਾਂ ਨੇ ਕਬਜ਼ਾ ਕਰ ਲਿਆ ਹੈ। ਬਖਸ਼ੀ ਜਹਾਨ ਖਾਨ ਜਮਾਲ ਸ਼ਾਹ ਵਰਗੇ ਨੇ, ਬਾਬਾ ਦੀਪ ਸਿੰਘ ਜੀ ਨੇ ਕਲਮ ਉੱਥੇ ਰੱਖ ਦਿੱਤੀ ਹੈ। ਕਹਿੰਦੇ ਗੁੱਸੇ ਦੇ ਨਾਲ ਅੱਖਾਂ ਲਾਲ ਹੋ ਗਈਆਂ ਨੇ, ਮੱਥੇ 'ਤੇ ਤਿਉੜੀਆਂ ਪੈ ਗਈਆਂ ਨੇ ਬਾਬਾ ਦੀਪ ਸਿੰਘ ਜੀ ਦੇ, ਅਤੇ ਦੰਦ ਕੱਚੇ ਹੈ ਕਿ ਸਾਡੇ ਗੁਰੂਆਂ ਦੀ ਨਗਰੀ 'ਤੇ ਐਡੀ ਬੇਅਦਬੀ ਹੋ ਗਈ ਜੇ ਸਾਨੂੰ ਅੱਜ ਤੱਕ ਹਜੇ ਤੱਕ ਪਤਾ ਨਹੀਂ ਲੱਗਿਆ। ਗੁਰਮੁਖੋ ਸਿੱਧਾ ਤਲਵਾਰ ਦੀ ਮੁੱਠ 'ਤੇ ਹੱਥ ਗਿਆ ਹੈ ਵੀ ਮੈਂ ਹੁਣੇ ਉਹਨਾਂ ਜਾਲਮਾਂ ਦਾ ਖਾਤਮਾ ਕਰ ਦੇਵਾਂ ਗੁਰਮੁਖੋ। ਅਤੇ ਉਸੇ ਟਾਈਮ ਬਾਬਾ ਦੀਪ ਸਿੰਘ ਨੇ ਭਾਗ ਸਿੰਘ ਨੂੰ ਇੱਕ ਗੱਲ ਕਹਿ ਦਿੱਤੀ ਹੈ, ਸਿੰਘਾ ਤੇਰਾ ਧੰਨਵਾਦ ਆ ਜੋ ਸਾਨੂੰ ਲਿਆ ਕੇ ਤੁਸੀਂ ਖਬਰ ਦਿੱਤੀ ਹੈ। ਤਕਰੀਬਨ 15-20 ਦਿਨ ਲੱਗਣਗੇ, 15-20 ਦਿਨਾਂ ਦੇ ਬਾਅਦ ਅਸੀਂ ਸਵਾਗਤ ਤਿਆਰੀ ਕਰਕੇ ਅਤੇ ਹੱਲਾ ਬੋਲਣਾ ਹੈ। ਗੁਰਮੁਖ ਕਹਿੰਦੇ ਮਾਮਲੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਦੇ ਵਿੱਚ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਿੱਥੇ ਗੁਰੂ ਦੀਆਂ ਗੁਰੀਆਂ ਦੀ ਸੇਵਾ ਕੀਤੀ ਅਤੇ ਉੱਥੇ ਸਿੰਘਾਂ ਨੂੰ ਨਾਲ ਸ਼ਸਤਰ ਵਿੱਦਿਆ ਵੀ ਦਿੱਤੀ। ਸਿੰਘਾਂ ਦੇ ਕਾਫੀ ਸਮੁੱਚੇ ਹੀ ਮਾਲਵੇ ਦੇ ਵਿੱਚ ਸਿੰਘ ਆਉਂਦੇ ਸਨ, ਤਾਂ ਉਸ ਟਾਈਮ 'ਤੇ ਬਾਬਾ ਦੀਪ ਸਿੰਘ ਨੇ ਸਮੁੱਚੇ ਹੀ ਮਾਲਵੇ ਦੇ ਵਿੱਚ ਫਰਮਾਨ ਭੇਜ ਦਿੱਤੇ ਹੈ ਕਿ ਵੀ ਜੰਗ ਦਾ ਬਿਗਲ ਵੱਜ ਚੁੱਕਾ ਹੈ, ਕਿਉਂਕਿ ਅੱਜ ਸਾਨੂੰ ਲੋੜ ਆ ਸਾਡਾ ਸੀਸ ਦੇਣ ਦੀ। ਗੁਰਮੁਖੋ ਕਹਿੰਦੇ ਉਸੇ ਟਾਈਮ ਬਾਬਾ ਦੀਪ ਸਿੰਘ ਜੀ ਦੇ ਜਿਵੇਂ ਜਿਵੇਂ ਫਰਮਾਨ ਮਿਲਦੇ ਆ ਰਹੇ ਆ, ਫਰਮਾਨ ਮਿਲਣ ਸਾਰ ਕੋਈ ਕੌਮ ਇਕੱਠੀ ਹੁੰਦੀ ਹੈ, ਕੋਈ ਪੈਸੇ 'ਤੇ ਇਕੱਠਾ ਹੁੰਦਾ ਹੈ, ਗੁਰਮੁਖੋ ਕੋਈ ਹੋਰ ਚੀਜ਼ 'ਤੇ ਇਕੱਠੇ ਹੋਏ ਕਰਦੇ, ਪਰ ਜਿਹੜੀ ਸਾਡੀ ਸਿੰਘਾਂ ਦੀ ਸਿੱਖ ਕੌਮ ਆ ਨਾ, ਜਦੋਂ ਕਹਿ ਦਈਏ ਵੀ ਸ਼ਹੀਦੀ ਪਾਉਣ ਜਾਣਾ ਤਾਂ ਸਾਡੀ ਕੌਮ ਇਕੱਤਰ ਹੁੰਦੀ ਹੈ ਉਸ ਟਾਈਮ 'ਤੇ। ਗੁਰਮੁਖੋ ਸ਼ਹੀਦੀਆਂ ਪਾਉਣ ਦੇ ਨਾਂ ਨਾ ਸੁਣਨ ਸਾਰ ਹੀ ਸਿੱਖ ਆਪਣੇ ਲੀਰਾਂ ਕਰ ਦਿੱਤੀਆਂ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ। ਆਓ ਪਿਆਰਿਓ, ਹੁਣ ਉਸ ਟਾਈਮ 'ਤੇ ਜੋ ਸਿੰਘ ਇਕੱਠੇ ਹੋਏ ਆ, ਕਹਿੰਦੇ ਜੰਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਚੰਗੇ ਹਥਿਆਰ ਹੋਣੇ ਜ਼ਰੂਰੀ ਹੈ, ਦੂਸਰੀ ਗੱਲ ਚੰਗੇ ਜਵਾਨ ਹੋਣੇ ਜ਼ਰੂਰੀ ਹੈ, ਪਰ ਦੂਸਰੇ ਪਾਸੇ ਸਾਡੇ ਕੋਲ ਉਸ ਟਾਈਮ 'ਤੇ ਸਿੰਘਾਂ ਦੇ ਕੋਲ ਨਾ ਤਾਂ ਚੰਗੇ ਹਥਿਆਰ ਹੈ ਪਰ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਜੀ ਨੇ ਐਸਾ ਜੋ ਸਾਨੂੰ ਅੰਮ੍ਰਿਤ ਪਾਨ ਕਰਕੇ ਜੋਸ਼ ਦਿੱਤਾ, ਜੋਸ਼ ਜ਼ਰੂਰ ਹੈ, ਹੌਸਲਾ ਜ਼ਰੂਰ ਹੈ। ਆਓ ਗੁਰਮੁਖੋ, ਮਹਾਂਕਵੀ ਬਾਬੂ ਰਤਨ ਅਲੀ ਖਾਨ ਜੀ ਸਾਹੂ ਕਿਆ ਵਾਲਿਆਂ ਨੇ ਜੋ ਸਾਰਾ ਸਮੁੱਚਾ ਸੀਨ ਪੇਸ਼ ਕੀਤਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਨਾਲ ਉਸ ਟਾਈਮ 'ਤੇ ਤਕਰੀਬਨ 6,000 ਦੇ ਕਰੀਬ ਆਪਣੇ ਸਿੰਘ ਇਕੱਠੇ ਹੋਏ ਆ, ਜਿਹਦੇ ਵਿੱਚੋਂ 400 ਪੈਦਲ ਆ ਅਤੇ 100 ਸਾਡੀਆਂ ਭੈਣਾਂ ਨੇ ਵੀ ਬਰੋਬਰ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣ ਲਈ ਇਕੱਠੀਆਂ ਹੋਈਆਂ ਨੇ। ਆਓ ਗੁਰਮੁਖੋ, ਉਹ ਸਾਰਾ ਸੀਨ ਤੁਹਾਡੀ ਸੇਵਾ 'ਚ ਕਮਿਸ਼ਨ ਜਿੱਥੇ ਵੱਲੋਂ ਉਹ ਪੇਸ਼ ਕੀਤਾ ਜਾਵੇ। ਸਾਰੇ ਪੈਦਲ ਸਵਾਰ
तकरीबन 6000 ते करीब सिंह इकट्ठे हो गए ते सदियां भैणा नहीं माता भाग कौर वर्गिया गुरमुखो उन्हां दी वंश दे विचों ते 100 भैणा एकत्रित होके साथ दे लई आ गई हैं। गुरमुखो उस टाइम ते बाबा दीप सिंह जी ने जिमें जिमें भी प्रमाण भेजे सन ते सारिया जो सिंह अपने अपने पर्चना लैके हाजिर हो गए। बाबा दीप सिंह जी ने समुचिया ही जो सिंघा दी पर्चना आईया सन सारा ने इकट्ठा बहा लिया। जिमें एक कमांडर अपनी फौज नू जदों जंग की तैयारी होंगी है ना तो जंग की तैयारी के लिए उन्होंने तार बीज दसने उन्होंने दसना भी कि लड़ना तकरीबन उस टाइम पर बाबा दीप सिंह जी ने सारे इकट्ठा करके सिंघा नू बिठा लिया तो तकरीबन एक घंटे के करीब उन्होंने उत्ते लक्ष्य दिता जोश भरिया तकरीर कीतिया ने कि इस टाइम पर जालमा ने अपनी अणख हंगारिया है ते अपना सीस चला जाए पर आपां ये मोर्चा छकाउणा ही छकाउणा। आओ गुरमुखो समा सीमित आ जिवें बाबा दीप सिंह समुचिया ही सिंघां नूं जोश भरिया तकरीरां कर करके समझाउणा कर रहे हैं। आओ वो सारा सीन महाकवि बाबू रतन अली खान जी साहू घर वाली कलम तो साहू घर वाले जत्थे वालों दीप सिंह परमान दा फिर दुखी बलवरन अमृत सर दे तलते कटे सीस तर करन भई करता दीप सिंह तकरीर भारियां खुसदिया जान जगीरां छटिया इक नारा ਸ਼ਰਮਾ ਨਾ
ਕੀਤੀਆਂ ਨੇ। ਸੋਚਿਆ ਜੋ ਸਿੰਘਾਂ ਨੂੰ ਕਿ ਐਸਾ ਸਮਾਂ ਆ ਗਿਆ ਕਿ ਹੁਣ ਸਾਡਾ ਜੀਆ ਤਰਕਾਰ ਆ ਕਿ ਸਾਡੀਆਂ ਗੁਰੂ ਦੀ ਨਗਰੀ ਦੇ ਉੱਤੇ ਜਾਲਮਾਂ ਨੇ ਕਬਜ਼ਾ ਕਰ ਲਿਆ, ਸਾਡਾ ਪਵਿੱਤਰ ਤਾਲ ਵੀ ਪੂਰ ਦਿੱਤਾ ਗਿਆ ਹੈ। ਉਸ ਵੈਰੀ ਨੂੰ ਆਪਾਂ ਦੱਸ ਦਈਏ ਕਿ ਤੇਰਾ ਮੁਕਾਬਲਾ ਕਿਹਨਾਂ ਦੇ ਨਾਲ ਹੋਇਆ। ਗੁਰਮੁਖ ਜੋਸ਼ ਭਰੀਆਂ ਤਕਰੀਰਾਂ ਦੇਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਮਾਲਵੇ ਤੋਂ ਕੂਚ ਕੀਤਾ। ਕੂਚ ਕਰਕੇ ਬਾਬਾ ਦੀਪ ਸਿੰਘ ਦੇ ਨਾਲ ਜਿਵੇਂ ਜਿਵੇਂ ਇੱਥੋਂ ਕੂਚ ਕਰੀ ਜਾ ਰਹੇ ਆ ਤਾਂ ਰਸਤੇ ਦੇ ਵਿੱਚ ਵੀ ਸਿੱਖ ਰਲਦੇ ਜਾ ਰਹੇ ਆ। ਤਰਨ ਤਾਰਨ ਪਹੁੰਚੇ ਆ, ਤਰਨ ਤਾਰਨ ਜਦੋਂ ਪਹੁੰਚੇ ਆ ਤੇ ਫੌਜ ਦੇ ਵਿੱਚ ਹੋਰ ਵਾਧਾ ਹੋ ਗਿਆ ਹੈ ਆਪਣੇ ਸਿੰਘਾਂ ਦੀ। ਕੋਈ ਇਤਿਹਾਸਕਾਰ ਕਹਿੰਦਾ ਕਿ 10,000 ਦੇ ਕਰੀਬ ਹੋ ਗਈ ਹੈ, ਪਰ ਇੱਕ ਇਤਿਹਾਸਕਾਰ ਦੱਸਦਾ ਕਿ 6,000 ਸੀ। ਗੁਰਮੁਖ ਬਾਬਾ ਦੀਪ ਸਿੰਘ ਜੀ ਦੇ ਨਾਲ ਜੋ ਵੀ ਸਿੰਘ ਸਨ ਉਹ ਸਿਰਫ ਤਾਂ ਸਿਰਫ ਸ਼ਹੀਦੀਆਂ ਪ੍ਰਾਪਤ ਕਰਨ ਦੇ ਲਈ ਆਏ ਸਨ ਕਿ ਉਹਨਾਂ ਚਿਰ ਆਪਾਂ ਲੜਦੇ ਰਹਿਣਾ ਜਿੰਨਾ ਚਿਰ ਕਿ ਆਪਾਂ ਆਪਣਾ ਪਵਿੱਤਰ ਤਾਮ ਆਯਾਤ ਨਾ ਕਰਵਾ ਲਈਏ। ਗੁਰਮੁਖ ਆਓ ਕਹਿੰਦੇ ਬਾਬਾ ਦੀਪ ਸਿੰਘ ਅਤੇ ਸੁੱਚੇ ਸਿੰਘਾਂ ਨੇ ਅਰਦਾਸਾ ਸੋਧਿਆ ਹੈ ਇਸ਼ਨਾਨ ਕਰਨ ਤੋਂ ਬਾਅਦ ਅਤੇ ਸਿਰ 'ਤੇ ਖੱਪੜ ਬੰਨ ਕੇ ਜਿਵੇਂ ਤਰਨ ਤਾਰਨ ਤੋਂ ਚੰਕਦੀਆਂ ਅਤੇ ਲਿਸ਼ਕਦੀਆਂ ਹੋਈਆਂ ਤਲਵਾਰਾਂ ਲਹਿਰਾ ਕੇ ਅੱਗੇ ਨੂੰ ਵੱਧਦੀ ਜਾ ਰਹੇ ਹੈ, ਉਹ ਸਾਰਾ ਸੀਨ ਮਹਾਂਕਵੀ ਬਾਬੂ ਰਜਬ ਅਲੀ ਖਾਨ ਸਾਹਿਬ ਦੇ ਕਲਮ ਤੋਂ ਸਾਹੋ ਕੇ ਵਾਲੇ ਜੱਥੇ ਵੱਲੋਂ ਪਿਓਗੇ। ਤੁਰੇ ਬਹਾਦਰ ਮਾਲਵਿਓਂ ਵਕਤ ਗੁਜ਼ਰਦੇ ਜਾਣ, ਤਰਨ ਤਰਨ ਦੇ ਤਲ ਤੇ ਆ ਕਰਦੇ ਇਸ਼ਨਾਨ। ਬੈਨਾ ਕੇ ਤਾਲ ਪਵਿੱਤਰ ਚੋ ਸੂਰ ਮੇ ਬਦਨ ਪਵਿੱਤਰ ਕਰ ਗਏ, ਮਰੇ ਸੇ ਕਸਰੀਰਾਂ ਚੋ ਚੜ ਗਏ ਜੋਸ਼ ਹਰ ਖੰਡਲ ਪਰ ਗਏ। ਬਿਜਲੀ ਵਾਂਗ ਕਿਰਪਾਨਾ ਹੁਕਮ ਅਣਖਾਂ ਵਾਲੀਆਂ ਜੀ ਕਦੇ
ਦੀਪ ਸਿੰਘ ਦੀ ਕਮਾਨ ਦੇ ਹੇਠ ਸਾਰੀ ਆਪਣੇ ਸਿੰਘਾਂ ਦੀ ਫੌਜ ਖੋਲ੍ਹੀ ਹੈ ਨਾ, ਕਹਿੰਦੇ ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਹੋਈਆਂ ਨੇ, ਬਿਜਲੀ ਵਾਂਗ ਰੇਤਲੀਆਂ ਨੇ ਉੱਥੇ ਅਤੇ ਬਿਜਲੀ ਵਾਂਗ ਚਮਕਾ ਕੇ ਜਦੋਂ ਅੱਗੇ ਵੱਧਦੇ ਆ ਨਾ ਸਿੰਘ, ਅਤੇ ਦੂਰ ਤੋਂ ਇੰਝ ਲੱਗ ਰਿਹਾ ਵੀ ਬਹੁਤ ਭਾਰੀ ਫੌਜ, ਬੇਸ਼ੱਕ ਦੀ ਸਾਡੇ ਸਿੰਘ ਥੋੜ੍ਹੇ ਸਨ ਪਰ ਗੁਰਮੁਖੋ ਹੌਂਸਲਾ ਬਹੁਤ ਸੀ। ਅੱਗੇ ਆਣ ਕੇ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦੇ ਖੰਡੇ ਦੇ ਨਾਲ ਇੱਕ ਲੀਕ ਵੱਧ ਦਿੱਤੀ। ਕਹਿੰਦਾ ਗੁਰਮੁਖੋ ਸਮੁੱਚੀਆਂ ਸਿੰਘਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਇਸ ਲੀਕ ਤੋਂ ਉਹੀ ਅੱਗੇ ਆਵੇ ਜਿਸ ਨੂੰ ਆਪਣੀ ਜਾਨ ਨਹੀਂ ਪਿਆਰੀ, ਜਿਨ੍ਹਾਂ ਨੂੰ ਅਜੇ ਵੀ ਆਪਣਾ ਮੋਹ ਵਾਲਾ ਪਰਿਵਾਰ ਦਾ ਕੋਈ ਮਾਇਆ ਦਾ ਰੱਖਣ ਵਾਲਾ ਪਰਿਵਾਰ ਮੋਹ, ਉਹ ਇੱਥੇ ਵਾਪਸ ਹੋ ਜਾਵੇ। ਸਾਨੂੰ ਉਸਦੇ ਉੱਪਰ ਕੋਈ ਦੁੱਖ ਨਹੀਂ ਗਾ, ਕੋਈ ਗਿਲਾ ਨਹੀਂ, ਕੋਈ ਗਮੀ ਨਹੀਂ, ਕਿਉਂਕਿ ਜਦੋਂ ਫੌਜ ਦੇ ਵਿੱਚ ਟੱਕਰ ਹੁੰਦੀ ਹੈ, ਜਦੋਂ ਕੋਈ ਇੱਕ ਵੀ ਸਾਡੇ ਚੋਂ ਸਿੰਘ ਮੈਦਾਨ ਛੱਡ ਕੇ ਭੱਜ ਗਿਆ ਨਾ, ਤਾਂ ਸਾਰੇ ਹੀ ਸਿੰਘਾਂ ਦੀ ਹੇਠੀ ਹੋ ਜਾਣੀ। ਸੂਰਾ ਸੌ ਪਹਿਚਾਣੀਆਂ ਜੋ ਲੜਾ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰਾ ਕਦੋਂ ਨਾ ਛੱਡੇ ਖੇਤ। ਬਾਬਾ ਦੀਪ ਸਿੰਘ ਕਹਿੰਦਾ ਸਮੁੱਚਿਆਂ ਹੀ ਸਿੰਘਾਂ ਨੂੰ ਆਓ, ਸਮਾਂ ਸੀਮਤ ਰਹਿ ਗਿਆ, ਆਓ ਜਿਵੇਂ ਖੰਡੇ ਦੀ ਲੀਕ ਖਿੱਚ ਕੇ ਅਤੇ ਜੋਸ਼ ਭਰੀ ਤਕਰੀਰ ਜੋ ਬਾਬਾ ਦੀਪ ਸਿੰਘ ਜੀ ਨੇ ਉਸ ਟਾਈਮ ਕੀਤੀ ਆ। ਮਹਾਂਕਵੀ ਬਾਬੂ ਰਤਬ ਅਲੀ ਖਾਨ ਦੀ ਸਾਹਿਬ ਕਿਆਵਾਲ ਨੇ ਇੱਕ ਬਹੁਤ ਤਕੜਾ ਨਜ਼ਮ ਵੱਖਰੀ ਹੋਣ ਦਾ, ਆਓ ਉਸ ਤੱਕ ਦੇ ਵਿੱਚ ਸਾਹਿਬ ਕਿਆਵਾਲ ਜਿੱਥੇ ਵੱਲੋਂ ਇਹ ਉਹ ਬੇਨਤੀ ਕੀਤੀ ਫਿਰ ਡਾਰ ਹਰਨੀਆਂ ਦੀ।
ਸੱਜੇ ਬਾਬੂ ਦੇ ਬਤਨੀ ਗੁਰਾਂ ਦੀ ਪੱਖ ਲਿਓ। ਸਮੁੱਚੇ ਸਿੱਖਾਂ ਨੂੰ ਜੋਸ਼ ਭਰੀ ਤਕਰੀਰ ਕਰਕੇ ਇਹ ਕਹਿ ਦਿੱਤਾ ਕਿ ਜਿਨ੍ਹਾਂ ਨੇ ਭਾਈ ਮੱਦਾਂ ਨੇ ਜੰਗ ਦੇ ਵਿੱਚ ਭੱਜਣਾ ਨਾ, ਉਹ ਹੁਣੇ ਉੱਠ ਜਾਣੇ। ਜਿਨ੍ਹਾਂ ਨੂੰ ਆਪਣੀ ਮੌਤ ਆਪਣੀ ਜਾਨ ਪਿਆਰੀ ਅਤੇ ਜਿਨ੍ਹਾਂ ਨੂੰ ਮੌਤ ਪਿਆਰੀ ਉਹ ਮੇਰੇ ਨਾਲ ਆਉਣ। ਕਰਮਖੋ ਆਓ, ਬਾਬਾ ਦੀਪ ਸਿੰਘ ਦਾ ਇਤਿਹਾਸ ਅੱਗੇ ਕਾਫੀ ਹੈ, ਕਿਸ ਤਰ੍ਹਾਂ ਸੀਸ ਤਲੀ 'ਤੇ ਰੱਖ ਕੇ ਬਾਬਾ ਦੀਪ ਸਿੰਘ ਨੇ 18 ਸਿਰ ਦਾ ਖੰਡਾ ਵਾਹਿਆ। ਉਸ ਸੀਨੇ 'ਚ ਪੇਸ਼ ਕਰਨਾ ਸੀ, ਪਰ ਉੱਥੋਂ ਸਾਡਾ ਸਮਾਂ ਹੋ ਗਿਆ। ਅਤੇ ਬਾਬਾ ਦੀਪ ਸਿੰਘ ਜਦੋਂ ਉੱਠਿਆ ਨਾ, ਕਹਿੰਦੇ ਤਾਂ ਉਸ ਟਾਈਮ 'ਤੇ ਜ਼ਾਲਮ ਆਪਣੇ ਹਥਿਆਰ ਛੱਡ ਕੇ ਅਤੇ ਭੱਜ ਗਏ। ਜਦੋਂ ਲਾਹੌਰ ਪਹੁੰਚਿਆ ਅਤੇ ਉਹਨਾਂ ਨੇ ਪੁੱਛਣਾ ਕੀਤਾ ਹੈ ਸੂਬੇਦਾਰਾਂ ਨੇ ਵੀ ਤੁਸੀਂ ਕਦੋਂ ਭੱਜ ਗਿਆ ਹੈ, ਕਹਿੰਦੇ ਉਸ ਟਾਈਮ 'ਤੇ ਮੁਗਲ ਫੌਜਾਂ ਨੇ ਆਪਣੇ ਸੂਬੇਦਾਰਾਂ ਨੂੰ ਰਸਨਾ ਕੀਤਾ ਕਿ ਵੀ ਅਸੀਂ ਤਾਂ ਸਾਡਾ ਕੰਮ ਸੀ ਮਾਰਨਾ, ਜਿਵੇਂ ਜਿਵੇਂ ਅਸੀਂ ਸਿੰਘਾਂ ਨੂੰ ਵੱਢੀ ਜਾਂਦੇ ਸੀ ਅਤੇ ਸਿੰਘ ਅਸੀਂ ਇੱਕ ਵੇਖਿਆ ਕਿ ਬਿਰਧ ਬਾਪੂ ਜਿਹਦੀ ਕਿ ਉਮਰ ਵੀ ਬਿਰਧ ਆ, ਹੱਥ ਦੇ ਉੱਤੇ ਉਸਨੇ ਆਪਣਾ ਸੀਸ ਟਿਕਾ ਲਿਆ ਅਤੇ 18 ਸੇਰ ਦੇ ਖੰਡੇ ਨਾਲ ਸਾਡੇ ਇੰਨੇ ਆਹੂ ਲਾਇਆ। ਅਸੀਂ ਤਾਂ ਜਾਣ ਜਾ ਕੇ ਆ ਗਿਆ, ਅਸੀਂ ਤਾਂ ਜੀ ਇੱਕ ਹੀ ਵੇਖਿਆ ਸੀ ਜੀ, ਪਤਾ ਨਹੀਂ ਕਿੰਨੇ ਕੁੱਟਣੇ ਹੋਣਗੇ, ਇਸ ਕਰਕੇ ਸਾਡੇ ਕੋਲ ਇੰਨਾ ਸਿੱਖਾਂ ਦੇ ਨਾਲ ਲੜਿਆ ਨਹੀਂ ਜਾ ਸਕਦਾ। ਗੁਰਮੁਖੋ ਇਸ ਤਰ੍ਹਾਂ ਸਾਡੀ ਇਹ ਕੌਮ ਇੰਨੀ ਪਿਆਰੀ ਹੈ, ਇੰਨਾ ਜੋਸ਼ ਆ। ਮੈਂ ਸਮੁੱਚਿਆ ਹੀ ਸਿੱਖ ਸੰਗਤਾਂ ਨੂੰ ਬੇਨਤੀ ਕਰਾਂ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਜਿਨ੍ਹਾਂ ਨੇ ਨਹੀਂ ਛਕਿਆ, ਗੁਰਮੁਖੋ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਸਿੰਘ ਸਜ ਜਾਓ, ਕਿਉਂਕਿ ਸਾਡੀ ਸਿੱਖੀ ਬੜੀ ਮਹਿੰਗੀ ਹੈ। ਆਓ ਮੈਂ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾ ਕੇ, ਕਿਉਂਕਿ ਮੈਂ ਟੁੱਟੇ ਹੋ ਗਿਆ, ਮੈਂ ਖਿਮਾ ਮੰਗਦਾ ਹੈ। ਇਤਿਹਾਸ ਬੋਲਦਿਆਂ ਬਹੁਤ ਸਾਰੀਆਂ ਟੁੱਟੀਆਂ ਗਲਤੀਆਂ ਰਹਿ ਜਾਂਦੀਆਂ ਨੇ, ਸਾਧ ਸੰਗਤ ਗੁਰੂ ਸਾਹਿਬ ਬਖਸ਼ਣਹਾਰ ਬਖਸ਼ਦੇ ਨਾ ਜੀ। ਬੁਲਾਓ ਫਤਿਹ ਤੇ ਪਾਓ ਫਤਿਹ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।